ਗੁਲਦੀਪ ਜੀ ਅਗਲੀ ਖਬਰ ਵੱਲ ਰੁੱਕ ਕਰਦੇ ਆ ਆ ਬਾਬਾ RAMDEEP ਜੀ ਦੀ ਗੱਲ ਕਰਦੇ ਆ ਬਾਬਾ RAMDEEP ਜੀ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਅੱਜ ਫੇਰ ਉਹਨਾਂ ਦੀ ਜ਼ੁਬਾਨ ਜਿਹੜੀ ਫਿਸਲੀ ਆ ਔਰਤਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਆ ਸੋ ਉਸ ਬਾਰੇ ਕੀ ਕਹਿਣਾ ਚਾਹੋਗੇ ਬਾਬਾ RAMDEEP ਦੀ ਜ਼ੁਬਾਨ ਇੱਕ ਵਾਰੀ ਨਹੀਂ ਫਿਸਲੀ ਜੀ ਕਈ ਵਾਰੀ ਫਿਸਲੀ ਆ ਤੇ ਬਾਬਾ RAMDEEP ਕਈ ਵਾਰੀ ਜ਼ੁਬਾਨ ਫਿਸਲ ਕੇ ਵੀ ਨਾ ਉਹ ਕਈ ਵਾਰੀ ਸਬਕੌਨਸ਼ੀਅਸ ਜਿਹੇ ਮਾਈਂਡ ਦੇ ਵਿੱਚ ਇਹੋ ਜਿਹੇ ਬਿਆਨ ਦੇ ਜਾਂਦੇ ਨੇ ਜਿਨ੍ਹਾਂ ਦਾ ਸਪਸ਼ਟੀਕਰਨ ਉਹਨਾਂ ਨੂੰ ਬਾਅਦ 'ਚ ਦੇਣਾ ਔਖਾ ਹੋ ਜਾਂਦਾ ਜੀ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਜਦੋਂ ਉਹ ਕਾਂਗਰਸ ਸਰਕਾਰ ਤੋਂ ਬਹੁਤੇ ਖਫਾ ਸੀ ਤੇ ਰਾਹੁਲ ਗਾਂਧੀ ਦੇ ਬਾਰੇ ਆਖਿਆ ਸੀ ਕਿ ਇਹ ਦਲਿਤ ਤੇ ਗਰੀਬ ਲੋਕਾਂ ਦੇ ਘਰ ਵਿੱਚ ਜਿਹੜਾ ਜਾਂਦਾ ਹੈ ਨਾ ਇਹ ਤੇ ਉੱਥੇ ਹਨੀਮੂਨ ਤੇ ਪਿਕਨਿਕ ਮਨਾਉਂ ਜਾਂਦਾ ਹਮ ਬੜੀ ਬੜਾ ਬੜੀ ਵਿਰੋਧਤਾ ਹੋਈ ਸੀ ਇਸ ਬਿਆਨ ਦੀ ਇਹ ਕੀ ਕਹ ਦਿੱਤਾ ਹਮ ਰਾਹੁਲ ਗਾਂਧੀ ਦੇ ਬਾਰੇ ਜਾਂ ਕਾਂਗਰਸ ਸਰਕਾਰ ਦੇ ਬਾਰੇ ਬਾਬਾ ਆਰਾਮਦੇਵ ਨੇ ਜਿਹੜਾ ਪ੍ਰਚਾਰ ਕੀਤਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜਾ ਹੁਬ ਹੁਬ ਕੇ ਬਾਬੇ ਨੇ ਆਖਿਆ ਸੀ ਕਿ 15-15 ਲੱਖ ਰੁਪਈਆ ਕੱਲੇ-ਕੱਲੇ ਇੰਡੀਅਨ ਦੇ ਖਾਤੇ ਵਿੱਚ ਆਉਣਾ ਹੈ। ਜੀ ਉਹ ਤੇ ਚਲੋ ਚੰਗਾ ਹੋਇਆ ਅਮਿਤ ਸ਼ਾਹ ਹੋਰਾਂ ਨੇ ਕਹਿ ਦਿੱਤਾ ਕਿ ਉਹ ਤੇ ਚੋਣ ਜੁਮਲਾ ਸੀ ਇੱਕ ਤੇ 15 ਲੱਖ ਤੇ ਨਹੀਂ ਆਉਂਦਾ। ਜੀ ਬਾਬਾ ਆਰਾਮਦੇਵ ਨੂੰ ਵੀ ਕਿਸੇ ਨੇ ਪੁੱਛਿਆ ਪੱਤਰਕਾਰ ਨੇ ਕਿ ਬਾਬਾ ਜੀ 15 ਲੱਖ ਕਿੱਥੇ ਜਿਹੜਾ ਤੁਸੀਂ ਕਹਿੰਦੇ ਸੀ? ਹੂੰ ਕਹਿੰਦੇ ਉਹ ਮੈਨੂੰ ਹੁਣ ਕੀ ਪਤਾ? ਮੈਨੂੰ ਤੇ ਪਤਾ ਨਹੀਂ ਇਸ ਗੱਲ ਦਾ ਮੈਂ ਕਿ ਨਹੀਂ ਆ ਰਿਹਾ ਤੇ ਫਿਰ ਮੈਂ ਕੀ ਕਰਾਂ? ਹੁਣ ਮੈਂ ਸਰਕਾਰ ਨੂੰ ਪੁੱਛ ਥੋੜੋ ਸਕਦਾ? ਨਹੀਂ ਆਇਆ ਤੇ ਨਹੀਂ ਆ। ਤੇ ਤੁਸੀਂ ਗੱਲ ਕਿਉਂ ਕੀਤੀ ਸੀ? ਖਰ ਅੱਜ ਦੀ ਗੱਲ ਕਰਦੇ ਆ ਜੀ ਕਿ ਕੀ ਹੋਇਆ ਮਹਾਰਾਸ਼ਟਰ ਦੇ ਥਾਣੇ ਦੇ ਵਿੱਚ ਇੱਕ ਯੋਗ ਸ਼ਿਵਰ ਲੱਗਾ ਹੋਇਆ ਹਮ ਇੱਕ ਬੜੇ ਮਹਿੰਗੇ ਇਲਾਕੇ ਦੇ ਵਿੱਚ ਵੱਡੇ ਵੱਡੇ ਲੋਕਾਂ ਦਾ ਯੋਗ ਸ਼ਿਵਰ ਹਮ ਉਸ ਯੋਗ ਸ਼ਿਵਰ ਦੇ ਵਿੱਚ ਅਸਲ ਵਿੱਚ ਔਰਤਾਂ ਨੂੰ ਕਾਫੀ ਵੱਡੇ ਪੱਧਰ ਤੇ ਸੱਦਾ ਦਿੱਤਾ ਗਿਆ ਸੀ ਹਮ ਉਥੇ ਯੋਗਾ ਇਵੈਂਟ ਸੀ ਪਹਿਲਾਂ ਬਾਅਦ ਵਿੱਚ ਉਹਨਾਂ ਦੀ ਕਨਵੈਨਸ਼ਨ ਸੀ ਯੋਗਾ ਇਵੈਂਟ ਤੋਂ ਬਾਅਦ ਉਹਨਾਂ ਨੇ ਕਨਵੈਨਸ਼ਨ ਦੇ ਵਿੱਚ ਜਾਣ ਵਾਸਤੇ ਉਹਨਾਂ ਦੇ ਵਿੱਚ ਵਿਚਾਲੇ ਜਿਹੜਾ ਟਾਈਮ ਸੀ ਉਸ ਵਿੱਚ ਤਿਆਰ ਹੋਣ ਵਾਸਤੇ ਉਹ ਘਰੋਂ ਸਾਰੀਆਂ ਲੈ ਕੇ ਆਈਆਂ ਸੀ ਜੀ ਪਰ ਉਹ ਸਾਰੀਆਂ ਬਦਲ ਨਹੀਂ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਹੋਰ ਪ੍ਰੋਗਰਾਮ ਜਿਹੜੇ ਸੀ ਕੁਝ ਰੱਖ ਲੈ ਗਏ ਜੀ ਤੇ ਉੱਥੇ ਬਾਬਾ ਜੀ ਕਹਿੰਦੇ ਬਿਠੇ ਬਿਠੇ ਔਰਤਾਂ ਨਾਲ ਜਦੋਂ ਗੱਲਾਂ ਕਰ ਰਹੇ ਸੀ ਤੇ ਕਹਿੰਦੇ ਔਰਤਾਂ ਸਾਰੀਆਂ ਵਿੱਚ ਚੰਗੀਆਂ ਲੱਗਦੀਆਂ ਨੇ ਜੀ ਸਲਵਾਰ ਸੂਟ ਵਿੱਚ ਵੀ ਚੰਗੀਆਂ ਲੱਗਦੀਆਂ ਨੇ ਮੇਰੀ ਨਜ਼ਰ ਚ ਕਹਿੰਦੇ ਉਹ ਜੇ ਨਾ ਵੀ ਕਪੜੇ ਪਾਏ ਹੋਣ ਤਾਂ ਫੇਰ ਵੀ ਚੰਗੀਆਂ ਲੱਗਦੀਆਂ ਹਮ ਐਗਜ਼ੈਕਟਲੀ ਆਹ ਹੀ ਲਫ਼ਜ਼ ਉਹਨਾਂ ਨੇ ਵਰਤੇ ਨੇ ਔਰ ਹੈਰਾਨੀ ਦੀ ਗੱਲ ਇਹ ਆ ਕਿ ਉਸ ਮੌਕੇ ਤੇ ਉੱਥੇ ਡਿਪਟੀ ਜੀ ਮਿਨਿਸਟਰ ਮਹਾਰਾਸ਼ਟਰ ਦੇ ਦਵਿੰਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਜੀ ਚੀਫ ਮਿਨਿਸਟਰ ਏਕਨਾਥ ਸ਼ਿੰਦੇ ਆ ਜਿਹੜੇ ਮੁੱਖ ਮੰਤਰੀ ਉਹਨਾਂ ਦਾ ਬੇਟਾ ਮੈਂਬਰ ਪਾਰਲੀਮੈਂਟ ਸ਼੍ਰੀ ਗਾਂਤ ਸ਼ਿੰਦੇ ਵੀ ਮੌਜੂਦ ਸੀ ਜੀ ਹੁਣ ਇਹ ਪਤਾ ਨਹੀਂ ਤੇ ਉਹ ਉਹ ਗੱਲ ਸਹਿਸਵਾ ਕੀਤੀ ਐ ਸਲਿੱਪ ਆਫ ਆ ਜਾਂ ਇਹ ਕੋਈ ਅੰਦਰੋਂ ਨਿਕਲੀ ਹੋਈ ਗੱਲ ਐ ਪਰ ਗੱਲ ਬਹੁਤ ਮਾੜੀ ਐ ਔਰ ਇਸ ਤਰ੍ਹਾਂ ਦਾ ਜਿਹੜਾ ਵਿਚਾਰ ਐ ਇੱਕ ਪਾਸੇ ਆਪਨੇ ਉਹਨੂੰ ਯੋਗ ਗੁਰੂ ਕਹਿੰਦੇ ਨੇ ਬਿਲਕੁਲ ਤੇ ਜਿਹੜਾ ਯੋਗ ਗੁਰੂ ਕਹਿ ਕੇ ਤੇ ਫਿਰ ਦੂਸਰੇ ਪਾਸੇ ਇਹੋ ਜਿਹੀਆਂ ਹਲਕੀਆਂ ਜਿਹੜੀਆਂ ਨੇ ਸਟੇਟਮੈਂਟਸ ਜਿਹੜੀਆਂ ਉਹਨਾਂ ਨੂੰ ਬਿਲਕੁਲ ਵੀ ਕਿਸੇ ਪਾਸੇ ਸ਼ੋਭਾ ਨਹੀਂ ਦਿੰਦੀਆਂ ਜੀ ਬਾਬਾ RAM DEV ਬਹੁਤ ਵਾਰੀ ਇਹ ਤੇ ਮੈਂ ਇਸ ਨੂੰ ਕੰਟਰੋਵਰਸ਼ਲ ਨਹੀਂ ਕਮਾਂਗਾ ਉਹ ਦੀ ਸਟੇਟਮੈਂਟ ਹੈ ਇਹ ਬਹੁਤ ਭੈੜੀ ਸਟੇਟਮੈਂਟ ਹੈ ਜੀ ਕੰਟਰੋਵਰਸ਼ਲ ਤੇ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕਿ ਦਿੱਤੀਆਂ ਹੋਣਗੀਆਂ ਸਟੇਟਮੈਂਟਸ ਜਿਨ੍ਹਾਂ ਦੇ ਵਿੱਚੋਂ ਇੱਕ ਸਟੇਟਮੈਂਟ ਜਿਹੜੀ ਉਹਨਾਂ ਦੀ ਮੈਂ ਤੁਹਾਡੇ ਜ਼ਿਕਰ ਵਿੱਚ ਲਿਆਉਣੀ ਚਾਹਾਂਗਾ ਬਾਰ-ਬਾਰ ਉਹਨਾਂ ਨੇ ਦਿੱਤੀ ਇੱਕ ਵਾਰੀ ਨਹੀਂ ਜੀ ਜਦੋਂ ਕੋਵਿਡ ਦਾ ਦੌਰ ਸੀ ਤੇ ਉਹਨਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਉਹਦੇ ਡਾਕਟਰਾਂ ਦੇ ਖਿਲਾਫ ਬਾਰ-ਬਾਰ ਇਹ ਪ੍ਰਚਾਰ ਕੀਤਾ ਕਿ ਇਹ ਝੂਠਾ ਸਿਸਟਮ ਹੈ ਇਲਾਜ ਕਰਨ ਦਾ ਮੇਰੇ ਵਾਲਾ ਸਿਸਟਮ ਠੀਕ ਹੈ ਪਤੰਜਲੀ ਦੀਆਂ ਦਵਾਈਆਂ ਖਾਓ ਕੋਵਿਡ ਕੋਰੋਨਲ ਦੂਸਰੀ ਤੇ ਤੀਸਰੀਆਂ ਕੱਢ ਦਿੱਤੀਆਂ ਮਿੰਟੋ ਮਿੰਟੀ ਇਹਦੇ ਨਾਲ ਆਹ ਇਲਾਜ ਹੋਵੇਗਾ ਕਰੋਨਾ ਠੀਕ ਹੋਵੇਗਾ ਆਹ ਹੋਵੇਗਾ ਕਰੋਨਾ ਹੋਵੇਗਾ ਨਹੀਂ ਤੁਹਾਨੂੰ ਉਹ ਗੱਲਾਂ ਸਾਰੀਆਂ ਕਰਕੇ ਬਾਬੇ ਨੇ ਫਿਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਾਲਿਆਂ ਤੋਂ ਵੀ ਝਿੜਕਾਂ ਖਾਧੀਆਂ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਮਰ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ 'ਚ ਲੱਗੇ ਹੋਏ ਹਾਂ ਤੇ ਤੁਸੀਂ ਆਪਣੇ ਬਿਆਨ ਦੇ ਹੀ ਜਾਂਦੇ ਹੋ ਜੀ ਹਰਾਨੀ ਦੀ ਗੱਲ ਇੱਕ ਹੋਰ ਵੀ ਕਿ ਇਸ ਮਾਮਲੇ ਤੇ ਬਾਬਾ RAM ਦੇਵ ਨੂੰ ਇੱਕ ਕਿਸਮ ਦੀ ਸਰਕਾਰੀ ਸ਼ਹਿਬ ਸੀ ਹੂੰ ਕਿਸੇ ਵੱਡੇ ਅਧਿਕਾਰੀ ਨੇ ਰੋਕੇ ਕਿਸੇ ਵੱਡੇ ਮੰਤਰੀ ਨੇ ਰੋਕਿਆ ਨਹੀਂ ਉਹ ਤੇ ਫਿਰ ਜਦੋਂ ਡਾਕਟਰ ਇਕੱਠੇ ਹੋਏ ਤੇ ਫਿਰ ਬਾਬਾ RAM ਦੇਵ ਨੂੰ ਪਿੱਛੇ ਹਟਣਾ ਪਿਆ ਪਰ ਆਹ ਜਿਹੜਾ ਅੱਜ ਦਾ ਬਿਆਨ ਹੈ ਬੜੀ ਬੜੀ ਹਲਕੀ ਜਿਹੀ ਮਾਨਸਿਕਤਾ ਦਾ ਪ੍ਰਗਟਾਵਾ ਜਿਹੜਾ ਕੀਤਾ ਹੈ ਅਜੇ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਬਾਬੇ ਦੀ ਕੋਈ ਮਾਫੀ ਵਗੈਰਾ ਮੇਰੇ ਸਾਹਮਣੇ ਤਾਂ ਨਹੀਂ ਆਈ ਜੇ ਆਈ ਤਾਂ ਫਿਰ ਬਾਅਦ ਵਿੱਚ ਗੱਲ ਉਸ ਤੇ ਕੀਤੀ ਜਾਵੇਗੀ